ਜਦੋਂ ਹਿੰਦ ਪੰਜਾਬ ਦੀ ਵੰਡ ਹੋ ਸੀ, ਜਦੋਂ ਹਿੰਦ ਪੰਜਾਬ ਦੀ ਵੰਡ ਹੋ ਸੀ ਤੇ ਕੁਝ ਹਿੱਸਾ ਕਸੂਰ ਦਾ ਜਾਸੀਆ ਏ ਪੁੱਤਰ ਸਿੰਧੜੀ ਦਾ ਹੁਕਮਰਾਨ ਹੋ ਸੀ, ਨਾਲ ਜ਼ੁਲਮ ਦੇ ਮਾਰਿਆ ਜਾਸੀਆ ਏ ਪੁੱਤਰ ਜੰਮਦੇ ਰੱਖੀਏ ਵਿੱਚ ਕਬਜ਼ੇ ਤੇ ਧੀਆਂ ਭੈਣਾਂ ਨੂੰ ਲਾੜ ਲੜਾਵੀਏ ਨਾ, ਚੋਰ ਯਾਰ ਨੂੰ ਕੋਲ ਨਾ ਬਹਿਣ ਦਈਏ ਤੇ ਜੂਏ ਬਾਜ ਨੂੰ ਯਾਰ ਬਣਾਵੀਏ ਨਾ, ਇਹ ਚੋਰ ਯਾਰ ਨੂੰ ਕੋਲ ਨਾ ਬਹਿਣ ਦਈਏ ਤੇ ਜੂਏ ਬਾਜ ਨੂੰ ਯਾਰ ਬਣਾਵੀਏ ਨਾ, ਤੇ ਸਫ਼ਰ ਵਿੱਚ ਖਮੋਸ਼ੀ ਨਾਲ ਬਈਏ ਐਵੇਂ ਗੱਲਾਂ ਵਿੱਚ ਵਕਤ ਗਵਾਵੀਏ ਨਾ, ਵਾਰਸ ਸ਼ਾਹ ਹੋ ਕੇ ਗਰੀਬ ਪੱਗ ਸਿਰ ਦੀ ਕਸੇ ਚੌਧਰੀ ਨਾਲ ਪੱਗ ਵਟਾਵੀਏ ਨਾ। ਵਾਰਸ ਸ਼ਾਹ ਸਰਕਾਰ ਫਰਮਾਉਂਦੇ ਨੇ ਉਹ ਨੌ ਘਰ ਉਜਾੜ ਬਹਿੰਦੀ, ਉਹ ਨੌ ਘਰ ਉਜਾੜ ਬਹਿੰਦੀ ਤੇ ਜਿਹੜੀ ਨਾਲ ਗਵਾਂਢੀਆਂ ਰਲੀ ਹੋਵੇ ਉਹ ਧੀ ਹਯਾ ਨੂੰ ਗਵਾ ਬਹਿੰਦੀ ਤੇ ਜਿਹੜੀ ਨਿਤ ਬਣ ਸਵਾਰ ਬਨੇਰੇ ਤੇ ਚੜੀ ਹੋਵੇ ਤੇ ਉਸ ਭੈਣ ਨੂੰ ਕਦਰ ਕੀ ਭਰਾ ਦੀ ਹੋਣੀ, ਤੇ ਜਿਹੜੀ ਨਾਨਕਿਆਂ ਦੇ ਘਰ ਪਲੀ ਹੋਵੇ ਛੱਡ ਸਾਈ ਵਾਰਸਾ ਮਾਂ ਮਾਂ ਹੁੰਦੀ, ਭਾਵੇਂ ਮੰਦੀ ਹੋਵੇ ਭਾਵੇਂ ਚੰਗੀ ਹੋਵੇ। ਤੇ ਵਾਰਿਸ ਸ਼ਾਹ ਸਰਕਾਰ ਫਰਮਾਉਂਦੇ ਨੇ ਇਸ਼ਾਰੇ 'ਚ ਬੋਲਾਂਗਾ, ਚੌਦਵੀਂ ਸਦੀ ਵਾਲਾ ਵਾਰ ਆਇਆ ਤੇ ਯਾਰਾਂ ਯਾਰੀਆਂ ਦਿਲੋਂ ਵਸਾਰੀਆਂ ਨੇ ਘੁੰਡ ਲਾ ਦਿੱਤੇ ਔਰਤਾਂ ਆਪਣਿਆਂ ਥੀ, ਕੁੜੀਆਂ ਮੰਗਦੀਆਂ ਵਾਰੇ ਕੁਆਰੀਆਂ ਨੀ ਤੇ ਪੁੱਤਰ ਮਾਪਿਆਂ ਕੋਲੋਂ ਆਵਾਜ਼ਾਰ ਹੋਏ, ਪੁੱਤਰ ਮਾਪਿਆਂ ਕੋਲੋਂ ਆਵਾਜ਼ਾਰ ਹੋਏ, ਜਿਨ੍ਹਾਂ ਰੰਨਾਂ ਕੀਤੀਆਂ ਪਿਆਰੀਆਂ ਨੇ ਵਾਰਸ ਸ਼ਾਹ ਚੌਦਵੀਂ ਜਹਾਨ ਅੰਦਰ ਪੁੱਤਰਾਂ ਮਾਪਿਆਂ ਨੂੰ ਜੁੱਤੀਆਂ ਮਾਰੀਆਂ ਨੇ। ਫਿਰ ਸਪੈਸ਼ਲ ਬਣਾਓ ਤੇ ਫਿਰ ਹੋਰ